ਸ਼ਿਕਾ ਦੋਸਤੋ ਮੈਂ ਤੁਹਾਡਾ ਦੋਸਤ ਹਾਂ ਸ਼ੁਪਿੰਦਰ ਸਿੰਘ ਤੁਸੀਂ ਦੇਖ ਰਹੇ ਹੋ ਕਿ ਐਂਟਰਟੇਨਮੈਂਟ ਟੈਲੀਵਿਜ਼ਨ ਜਿੱਥੇ ਤੁਹਾਨੂੰ ਮਿਲਣ ਵਾਲੀ ਹੈ ਬਾਲੀਵੁੱਡ ਦੇ ਬਾਲੀਵੁੱਡ ਨਾਲ ਜੁੜੀਆਂ ਹਰ ਇੱਕ ਲੇਟੈਸਟ ਅਪਡੇਟ ਜੇ ਤੁਸੀਂ ਸਾਡੇ ਚੈਨਲ ਨਵੇਂ ਹੋ ਤਾਂ ਸਭ ਤੋਂ ਪਹਿਲੇ ਸਾਡੇ ਚੈਨਲ ਸਬਸਕ੍ਰਾਈਬ ਕਰ ਲਵੋ ਤੇ ਨਾਲ ਤੇ ਬੈਲ ਆਈਕਨ ਪ੍ਰੈਸ ਕਰ ਲਵੋ ਤਾਂ ਕਿ ਤੁਹਾਨੂੰ ਕੋਈ ਵੀ ਅਪਡੇਟ ਮਿਸ ਨਾ ਹੋ ਜਾਵੇ ਹੁਣ ਤੁਹਾਨੂੰ ਲੈ ਕੇ ਚੱਲਦੇ ਹਾਂ ਤੇ ਮੇਜਰ ਅਪਡੇਟ ਵੱਲ ਇਹ ਅਪਡੇਟ ਦਿੱਤੀ ਹੈ ਬਾਲੀਵੁੱਡ ਫੇਮਸ ਐਕਟਰੈਸ ਕਿਆਰਾ ਅਡਵਾਨੀ ਵੱਲੋਂ ਜਿਨ੍ਹਾਂ ਨੇ ਨਵੀਂ ਬਾਲੀਵੁੱਡ ਮੂਵੀ ਅਨਾਉਂਸ ਕਰ ਦਿੱਤੀ ਹੈ ਜਿਸ ਦਾ ਟਾਈਟਲ ਹੈ ਸਤਿਆ ਪ੍ਰੇਮ ਕੀ ਕਥਾ ਤੇ ਮੂਵੀ ਦੀ ਕ੍ਰੈਡਿਟ ਜ਼ਿਕਰ ਕਰੀਏ ਇਹਦੇ ਮੁੱਖ ਕਿਰਦਾਰ ਨਜ਼ਰ ਆਉਣਗੇ ਕਿਆਰਾ ਅਡਵਾਨੀ ਦੇ ਨਾਲ ਕਾਰਤਿਕ ਆਰੀਅਨ ਇਸ ਨੂੰ ਲਿਖਿਆ ਗਿਆ ਹੈ ਕਰਨ ਸ਼੍ਰੀਕਾਂਤ ਸ਼ਰਮਾ ਵੱਲੋਂ ਅਤੇ ਇਸ ਨੂੰ ਡਾਇਰੈਕਟ ਕਰੀ ਹਨ ਸਮੀਰ ਵਿਦਵਾਂਸ ਇਸ ਨੂੰ ਪ੍ਰੋਡਿਊਸ ਕੀਤਾ ਜਾ ਰਿਹਾ ਹੈ ਸਾਜਿਦ ਨਡਿਆਡਵਾਲਾ ਸ਼ਰੀਨ ਮੰਤਰੀ ਕੇੜੀਆ ਅਤੇ ਕਿਸ਼ੋਰ ਅਰੋੜਾ ਵੱਲੋਂ ਤੁਹਾਨੂੰ ਦੱਸ ਦਈਏ ਇਹ ਜੋ ਮੂਵੀ ਹੈ 29 ਜੂਨ ਨੂੰ ਸਿਨੇਮਾ ਦਾ ਸ਼ਿੰਗਾਰ ਬਣਨ ਜਾ ਰਹੀ ਹੈ ਸੋ ਕੌਣ ਕੌਣ ਇੰਤਜ਼ਾਰ ਕਰ ਰਿਹਾ ਹੈ ਕਿਆਰਾ ਅਡਵਾਨੀ ਅਤੇ ਕਾਰਤਿਕ ਆਰੀਅਨ ਦੇ ਨਵੀਂ ਬਾਲੀਵੁੱਡ ਮੂਵੀ ਸਤਿਆ ਪ੍ਰੇਮ ਕੀ ਕਥਾ ਦਾ ਸਾਨੂੰ ਕਮੈਂਟ ਸੈਕਸ਼ਨ ਵਿੱਚ ਜ਼ਰੂਰ ਦੱਸੋ ਸੋ ਕੀ ਲੱਗੀ ਤੁਹਾਨੂੰ ਸਾਡੀ ਅਪਡੇਟ ਤੁਸੀਂ ਲਾਈਕ ਸ਼ੇਅਰ ਕਮੈਂਟ ਕਰਕੇ ਜ਼ਰੂਰ ਦੱਸਿਓ ਅਤੇ ਜੇ ਤੁਸੀਂ ਵੀ ਸਿੰਗਰ ਰਾਈਟਰ ਐਕਟਰ ਜਾਂ ਫਿਲਮ ਇੰਡਸਟਰੀ ਨਾਲ ਕਿਤੇ ਨਾ ਕਿਤੇ ਜੁੜੇ ਹੋਏ ਹੋ ਅਤੇ ਤੁਸੀਂ ਆਪਣੀ ਇੰਟਰਵਿਊ ਕਿੰਗ ਐਂਟਰਟੇਨਮੈਂਟ ਟੈਲੀਵਿਜ਼ਨ ਤੋਂ ਕਰਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਡਿਸਕ੍ਰਿਪਸ਼ਨ ਦੇ ਨੰਬਰਾਂ ਤੇ ਕਾਲ ਕਰ ਸਕਦੇ ਹੋ ਤੇ ਨਾਲ ਨਾਲ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਤਾਂ ਕਿ ਤੁਹਾਨੂੰ ਕੋਈ ਵੀ ਅਪਡੇਟ ਮਿਸ ਨਾ ਹੋ ਜਾਵੇ ਥੈਂਕਸ ਫਾਰ ਵਾਚਿੰਗ ਕੀਪ ਸ਼ੇਅਰ